30 ਅਤੇ 31 ਮਈ 2020 ਨੂੰ ਜਿਹੜੀ ਵਰਖਾ ਹੋਈ ਹੈ ਉਹਨੇ ਕਾਫੀ ਜ਼ਿਆਦਾ ਜਗ੍ਹਾ ਤੇ ਝੋਨੇ ਖਰਾਬ ਕੀਤੇ ਹੈ ਕਿਸਾਨ ਪਰੇਸ਼ਾਨ ਹੈ ਕਿਤੇ ਝੋਨੇ ਦੇ ਉੱਪਰ ਪੇਪੜੀ ਵੱਜ ਗਈ ਹੈ ਕਿਤੇ ਪਾਣੀ ਭਰਿਆ ਪਿਆ ਹੈ ਕਿਤੇ ਉੱਗਿਆ ਹੋਇਆ ਜਿਹੜਾ ਝੋਨਾ ਸੀ ਸਿਆੜਾਂ ਦੀ ਮਿੱਟੀ ਨੇ ਨੱਪ ਲਿਆ ਹੈ ਕਿਸੇ ਜਗ੍ਹਾ ਤੇ ਅੱਧਾ ਝੋਨਾ ਉੱਗਿਆ ਤੇ ਅੱਧਾ ਝੋਨਾ ਵਿੱਚ ਫਸਿਆ ਹੋਇਆ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਵਾਂਗਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਵਧੇਰੇ ਖੇਤੀ ਸਬੰਧੀ ਜਾਣਕਾਰੀ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਦੋਸਤੋ ਇਸ ਵੀਡੀਓ ਨੂੰ ਬਣਾਉਣ ਦੇ ਲਈ ਮੈਂ ਮਦਦ ਲਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅਸਿਸਟੈਂਟ ਪ੍ਰੋਫੈਸਰ ਡਾਕਟਰ ਜਸਬੀਰ ਸਿੰਘ ਗਿੱਲ ਜੀ ਦੀ ਜਿਨ੍ਹਾਂ ਨੇ ਕਿ ਡ੍ਰਿੱਲ ਦੇ ਨਾਲ ਕਰੰਟ ਤੋੜਨ ਦੇ ਬਾਰੇ ਦੱਸਿਆ ਪਹਿਲੀ ਸਥਿਤੀ ਜਿਹੜੀ ਖੇਤ ਦੇ ਵਿੱਚ ਬਣੀ ਹੈ ਉਹ ਇਹ ਹੈਗੀ ਹੈ ਕਿ ਜਿਹੜਾ ਸਾਡਾ ਝੋਨਾ ਹੈਗਾ ਤਰਵਤਰ ਖੇਤ ਦੇ ਵਿੱਚ ਵਿਜਿਆ ਝੋਨਾ ਹੈ ਉਹਦੇ ਵਿੱਚ ਪਾਣੀ ਭਰਿਆ ਖੜਾ ਹੈ ਝੋਨੇ ਦਾ ਇੱਕ ਗੁਣ ਹੁੰਦਾ ਹੈ ਕੈਚ ਝੋਨੇ ਦੇ ਦਾਣੇ ਓਨੀ ਦੇਰ ਤੱਕ ਟੰਗੂਰ ਨਹੀਂ ਮਾਰਦੇ ਜਿੰਨੀ ਦੇਰ ਤੱਕ ਪਾਣੀ ਦੇ ਥੱਲੇ ਨੱਪੇ ਰਹਿੰਦੇ ਐ ਤਾਂ ਪਹਿਲ ਦੇ ਆਧਾਰ ਤੇ ਉਹ ਪਾਣੀ ਖੇਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਇੱਕ ਗੱਲ ਕਲੀਅਰ ਦੂਸਰੀ ਗੱਲ ਕਿਉਂਕਿ ਕੁਝ ਕਿਸਾਨਾਂ ਨੇ ਪਹਿਲਾਂ ਹੀ ਝੋਨਾ ਮਈ ਦੇ ਸ਼ੁਰੂਆਤ ਦੇ ਵਿੱਚ ਬੀਜਤਾ ਸੀਗਾ ਤੇ 12 ਮਈ ਵਾਲੀ ਜਿਹੜੀ ਬਾਰ ਵਰਖਾ ਹੋਈ ਸੀ ਓਨੇ ਝੋਨੇ ਕਰਨਡ ਕੀਤੇ ਸੀਗੇ ਤਾਂ ਦੋ ਕਿਸਾਨਾਂ ਦੇ ਨਿੱਜੀ ਤਜਰਬੇ ਵੀ ਮੈਂ ਇੱਥੇ ਸ਼ੇਅਰ ਕਰਾਂਗਾ ਬਾਕੀ ਮੇਰੇ ਪਿਛਲੇ ਸਾਲਾਂ ਦੇ ਤਜਰਬੇ ਜਾਂ ਡਾਕਟਰ ਜਸਵੀਰ ਗਿੱਲ ਦੇ ਤਜਰਬੇ ਤਾਂ ਨਾਲ ਹੈ ਹੀ ਹੈ। ਭਾਂਗਰ ਪਿੰਡ ਦੇ ਵਿੱਚ ਇੱਕ ਕਿਸਾਨ ਦਾ ਨਰ ਝੋਨਾ ਜਿਹੜਾ ਕਿ ਉਹਨੇ ਟ੍ਰਾਇਲ ਦੇ ਤੌਰ ਤੇ ਲਾਇਆ ਸੀਗਾ ਉਹ ਕਰੰਡ ਹੋ ਜਾਂਦਾ ਹੈ 12 ਮਈ ਵਾਲੀ ਵਰਖਾ ਦੇ ਵਿੱਚ। ਤਾਂ ਉਹਦੇ ਖੇਤ ਦੀ ਸਥਿਤੀ ਇਹ ਸੀਗੀ ਕਿ ਖੇਤ ਦੇ ਵਿੱਚ ਪੇਪੜੀ ਬਣ ਗਈ ਸੀ ਜਿਵੇਂ ਹੁਣ ਬਹੁਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪੇਪੜੀ ਬਣ ਗਈ ਹੈ ਤਾਂ ਕਿਸਾਨ ਨੇ ਕੀ ਕੀਤਾ ਕਿ ਉਸ ਦੇ ਉੱਪਰ ਡ੍ਰਿੱਲ ਚਲਾ ਕੇ ਉਹਦੀ ਕਰੰਟ ਤੋੜ ਦਿੱਤੀ ਤੇ ਅੱਜ ਮੈਂ ਉਹ ਦੇਖਿਆ ਝੋਨਾ ਬਹੁਤ ਸੋਹਣਾ ਸੀਗਾ ਤੇ ਇਹਦੇ ਬਾਰੇ ਡਾਕਟਰ ਗਿੱਲ ਕੀ ਕਹਿੰਦੇ ਐ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਜੇਕਰ ਤੁਸੀਂ ਕਰਾਂਡੇ ਦੇ ਨਾਲ ਜਾਂ ਜਾਲ ਨਾਲ ਕਰੰਟ ਤੋੜਦੇ ਆ ਤਾਂ ਬਹੁਤ ਵਧੀਆ ਹੈ ਜੇ ਸਾਡੇ ਕੋਲੇ ਜਾਲ ਜਾਂ ਕਰਾਂਡਾ ਨਹੀਂ ਹੈਗਾ ਤਾਂ ਉਹ ਸਥਿਤੀ ਦੇ ਵਿੱਚ ਆਪਾਂ ਆਪਣੀ ਜ਼ੀਰੋ ਟੈਲ ਡ੍ਰਿਲ ਜਿਹਨੂੰ ਜ਼ੀਰੋ ਡ੍ਰਿਲ ਕਹਿੰਦੇ ਆ ਕਣਕ ਵੀਜਣ ਵਾਲੀ ਜਾਂ ਝੋਨਾ ਵੀਜਣ ਵਾਲੀ ਡ੍ਰਿਲ ਦੇ ਨਾਲ ਕਰਾਂਡਾ ਆਪਾਂ ਤੋੜ ਸਕਦੇ ਹਾਂ ਜੇਕਰ ਇਹਨਾਂ ਡ੍ਰਿਲਾਂ ਦੇ ਪਿੱਛੇ ਕਿਤੇ ਪ੍ਰੈਸ ਵੀ ਲੱਗੇ ਆ ਤਾਂ ਉਹ ਲਾ ਦੇਣੇ ਆ ਪੁਲੀਆਂ ਨੂੰ ਬਿਲਕੁਲ ਥੱਲੇ ਕਰ ਲੈਣਾ ਕਿਉਂਕਿ ਚਾਹੇ ਤੁਸੀਂ ਕਰਾਂਡੇ ਨਾਲ ਕਰੰਡ ਤੋੜ ਰਹੇ ਹੋ ਚਾਹੇ ਤੁਸੀਂ ਜਿਹੜਾ ਹੈਗਾ ਡ੍ਰਿਲ ਦੇ ਨਾਲ ਤੋੜ ਰਹੇ ਹੋ ਤਾਂ ਗਹਿਰਾਈ ਜਿਹੜੀ ਹੈਗੀ ਐ ਫਾਲਿਆਂ ਦੀ ਜਾਂ ਸੋਇਆਂ ਦੀ ਉਹ ਅੱਧੇ ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤਾਂ ਜੇਕਰ ਕਨਕਾਲੀ 0.10 ਡੈਲਟਾ ਦੇ ਕੋਲੇ ਹੈਗੀ ਐ ਤਾਂ ਉਹਦੇ ਸਿਆੜ ਨੇੜੇ ਹੁੰਦੇ ਐ ਤਾਂ ਉਹ ਬੜੀ ਵਧੀਆ ਡ੍ਰਿਲ ਆਪਣੀ ਕਰੰਡ ਤੋੜਦੀ ਐ ਪੁਲੀਆਂ ਥੱਲੇ ਕਰਕੇ ਅੱਧਾ ਇੰਚ ਜ਼ਮੀਨ ਦੇ ਵਿੱਚ ਫਾਲੀਆਂ ਲਾ ਦਿਓ ਸ਼ੁਰੂਆਤੀ ਖੇਤ ਦੇ ਵਿੱਚ ਪੜਾ ਲੱਗੇਗਾ ਲੇਕਿਨ ਬਾਅਦ ਦੇ ਵਿੱਚ ਬਹੁਤ ਸੋਹਣਾ ਖੇਤ ਬਣ ਜਾਂਦਾ ਮੈਂ ਅੱਜ ਖੇਤ ਖੁਦ ਦੇਖ ਕੇ ਵੀ ਆਇਆ ਇਹੇ ਦੂਸਰੀ ਗੱਲ ਕਿ ਕੁਝ ਕਿਸਾਨ ਵੀਰਾਂ ਦੇ ਖੇਤ ਦੇ ਵਿੱਚ ਕੀ ਹੋਇਆ ਕਿ ਅੱਧਾ ਝੋਨਾ ਬਾਹਰ ਆ ਗਿਆ ਹੈ ਅੱਧਾ ਝੋਨਾ ਥੱਲੇ ਨੂੰ ਮੁੜ ਰਿਹਾ ਹੈ ਇਹ ਸਥਿਤੀ ਮੇਰੇ ਨਾਲ ਕਈ ਵਾਰੀ ਹੋ ਚੁੱਕੀ ਹੈ ਤਾਂ ਐਸ ਸਥਿਤੀ ਦੇ ਵਿੱਚ ਕਰੰਡ ਪੰਦਣੀ ਔਖੀ ਹੋ ਜਾਂਦੀ ਹੈ ਤਾਂ ਮੈਂ ਇੱਥੇ ਆਪਣੇ ਇਸ ਸਾਲ ਦਾ ਹਰਿਆਣੇ ਦੇ ਕਿਸਾਨ ਦਾ ਤਜਰਬਾ ਸ਼ੇਅਰ ਕਰਦਾ ਜਿਨ੍ਹਾਂ ਨੇ ਕਿ ਮਈ ਦੀ ਸ਼ੁਰੂਆਤ ਦੇ ਵਿੱਚ ਟ੍ਰਾਇਲ ਲਗਾ ਦਿੱਤਾ ਸੀਗਾ 12 ਮਈ 2020 ਵਾਲੀ ਵਰਖਾ ਨੇ ਉਹਨਾਂ ਦਾ ਖੇਤ ਕਰਨ ਕਰ ਦਿੱਤਾ ਸੀਗਾ ਤਾਂ ਕਿਸਾਨ ਨੇ ਮੇਰੇ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਹਲਕਾ ਪਾਣੀ ਲਾਓ ਕਿਹੜੀ ਸਥਿਤੀ ਦੇ ਵਿੱਚ ਜਿੱਥੇ ਖੇਤ ਦੇ ਵਿੱਚ ਅੱਧਾ ਝੋਨਾ ਬਾਹਰ ਆ ਗਿਆ ਅੱਧਾ ਥੱਲੇ ਮੁੜ ਰਿਹਾ ਹੈ ਕਿਸਾਨ ਵੀਰ ਨੇ ਹਲਕਾ ਪਾਣੀ ਲਗਾਇਆ ਸਾਰਾ ਝੋਨਾ ਬਾਹਰ ਨਿਕਲ ਕੇ ਆ ਗਿਆ ਕੋਈ ਕਿਸੇ ਕਸਮ ਦੀ ਦਿੱਕਤ ਨਹੀਂ ਹੋਈ ਤਾਂ ਇਹ ਸਥਿਤੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜੇਕਰ ਤੁਹਾਡੇ ਖੇਤ ਦੇ ਵਿੱਚ ਝੋਨਾ ਉੱਗਿਆ ਸੀ ਲੇਕਿਨ ਸਿਆੜਾਂ ਤੋਂ ਜਿਹੜੀ ਮਿੱਟੀ ਸੀ ਉਹ ਨੱਪ ਗਈ ਉਹਨੂੰ ਤਾਂ ਉਸ ਸਥਿਤੀ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਇਹ ਹੀ ਜਿਹੜੀ ਤੁਹਾਡੀ ਡਰਿੱਲ ਹੈਗੀ ਹੈ ਜਾਂ ਜਿਹੜਾ ਤੁਹਾਡਾ ਕਾਂਡਾ ਹੈਗਾ ਜਾਂ ਜਾਲ ਜਾਲ ਹੈਗਾ ਅੱਧੀ ਇੰਚ ਤੱਕ ਮਾਰਨਾ ਹੈ ਉਹਦੇ ਨਾਲ ਬੂਟੇ ਪੱਟੇ ਨਹੀਂ ਜਾਣਗੇ ਕਿਉਂਕਿ ਬੂਟੇ ਦੀ ਜੜ ਥੱਲੇ ਡੂੰਗੀ ਹੈ ਤੇ ਜੀਰੋ ਫਾਲੀਆਂ ਜਿਹੜੀਆਂ ਹੁੰਦੀਆਂ ਉਹ ਥੱਲਿਓਂ ਬੂਟਾ ਨਹੀਂ ਪਟਦੀਆਂ ਤਾਂ ਉੱਪਰਲੇ ਪਾਸੇ ਬੂਟਿਆਂ ਨੂੰ ਮਾੜਾ ਮੋਟਾ ਟੇਢਾ ਮੇਢਾ ਕਰਨੀ ਹੈ ਤੇ ਬੂਟੇ ਨੂੰ ਹਵਾ ਲੱਗਣੀ ਹੈ 2-4 ਦਿਨਾਂ ਦੇ ਵਿੱਚ ਨੌਂ ਬਰ ਨੌਂ ਬੂਟਾ ਹੋ ਜਾਣਾ ਹੈ ਤਾਂ ਇਹ ਹੀ ਤਿੰਨ ਪ੍ਰਸਥਿਤੀਆਂ ਜਿਹਦੇ ਸਬੰਧੀ ਕਿਸਾਨ ਜ਼ਿਆਦਾ ਪੁੱਛ ਰਹੇ ਐ ਸਭ ਤੋਂ ਵੱਡਾ ਕਿਸਾਨ ਨੂੰ ਡਰ ਲੱਗ ਰਿਹਾ ਕਿ ਕਰਾਂਡੇ ਨਾਲ ਕਰੰਡ ਪੰਤੀ ਤੇ ਮੁੜ ਕੇ ਨਦੀਨ ਨਾ ਹੋ ਜੇ ਪਾਣੀ ਲਾਤਾ ਤਾਂ ਨਦੀਨ ਨਾ ਹੋ ਜੇ ਪਹਿਲੀ ਗੱਲ ਤਾਂ ਨਦੀਨ ਹੁੰਦਾ ਨਹੀਂ ਜੇਕਰ ਕੋਈ ਐਹੋ ਜੀ ਪ੍ਰਸਥਿਤੀ ਬਣਦੀ ਹੈ ਕਿ ਆਪਾਂ ਨੂੰ ਮੰਨ ਲਓ ਜਿਹੜੇ ਖੇਤ ਆਪਾਂ ਪਾਣੀ ਲਾਇਆ ਜਦੋਂ ਤੁਸੀਂ ਉਸ ਖੇਤ ਦੇ ਵਿੱਚ ਦੂਸਰਾ ਪਾਣੀ ਦੇਵੋਗੇ ਉਹਦੋਂ ਤੁਹਾਡਾ ਜ਼ਿਆਦਾਤਰ ਝੋਨਾ ਬਾਹਰ ਆ ਗਿਆ ਹੋਊਗਾ ਤਾਂ ਉਹਦੇ ਵਿੱਚ ਤੁਸੀਂ ਜਿਹੜੀ ਆਪਣੀ ਪਲਟੀਲਾ ਕਲੋਰ ਦਵਾਈ ਆਉਂਦੀ ਹੈ 37.375 EW ਉਹ ਤੁਸੀਂ ਝੋਨੇ ਦੀ ਸਥਿਤੀ ਦੇ ਹਿਸਾਬ ਦੇ ਨਾਲ 300 ਤੋਂ 500 ਮਿਲੀਲੀਟਰ ਕਿੱਲੇ ਦੀ ਦਾ ਰੇਤਾ ਚੜ ਲਾ ਕੇ ਛਿੱਟਾ ਦੇ ਸਕਦੇ ਹੋ ਪਾਣੀ ਦੇ ਵਿੱਚ ਤਾਂ ਉਹ ਸਮੱਸਿਆ ਵੀ ਨਹੀਂ ਆਊਗੀ ਇੱਕੋ ਗੱਲ ਯਾਦ ਰੱਖਿਓ ਜੇ ਨਰਮਾਣੀ ਹੈਗਾ ਇਹ ਝੋਨਾ ਤਾਂ ਇਹ ਸਥਿਤੀਆਂ ਸਾਡੇ ਨਾਲ ਹਰ ਸਾਲ ਹੀ ਬਣਦੀਆਂ ਐ ਤਾਂ ਝੋਨੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਈ ਵਾਰੀ ਇਹ ਹੁੰਦਾ ਕਿਤੇ ਕਿਤੇ ਡੱਬ ਰਹਿ ਜਾਂਦੇ ਐ ਜੇ ਡੱਬ ਰਹਿ ਗਏ ਪਾੜੇ ਰਹਿ ਗਏ ਤਾਂ ਜਿੱਥੋਂ ਸੰਘਣਾ ਹੈਗਾ ਉਥੋਂ ਪੱਟ ਕੇ ਅਸੀਂ ਉੱਥੇ ਲਾ ਲਈਦਾ ਮੈਂ ਤਾਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਸੀ ਕਿ 10 ਕਿੱਲਿਆਂ ਦੇ ਮਗਰ ਇੱਕ ਕਿੱਲੇ ਦੀ ਪਨੀਰੀ ਵੀਜ ਕੇ ਰੱਖਿਓ ਜੋ ਜਿਹੜੀ ਕਿ ਇਸ ਝੋਨੇ ਤੋਂ 10 ਦਿਨ ਪਹਿਲਾਂ ਵੀਜੀ ਹੋਵੇ ਤਾਂ ਉਹਦੇ ਡੱਕੇ ਵੀ ਵਿੱਚ ਖਾਲੀ ਜਗ੍ਹਾ ਤੇ ਆਪਾਂ ਜੋ 25 ਦਿਨ ਦਾ ਝੋਨਾ ਹੋਇਆ ਲਾ ਸਕਦੇ ਆ ਤੇ ਉਹ ਵਧੀਆ ਚੱਲ ਜਾਂਦੀ ਐ ਇਹ ਬੂਟੇ ਲਾਉਣ ਦਾ ਮੇਰਾ ਆਪਣਾ ਨਿੱਜੀ ਤਜਰਬਾ ਐ 10 ਦਿਨ ਪਹਿਲਾਂ ਵੀ ਜੀ ਪਨੀਰੀ ਇਸ ਝੋਨੇ ਦੇ ਨਾਲ ਹੀ ਪੱਕਦੀ ਹੈ ਤੇ ਕੋਈ ਇਹੋ ਜੀ ਦਿੱਕਤ ਨਹੀਂ ਆਉਂਦੀ ਬਾਕੀ ਘਬਰਾਓ ਨਾ ਕੋਈ ਏਡੀ ਵੱਡੀ ਗੱਲ ਨਹੀਂ ਝੋਨਾ ਸਹੀ ਹੋ ਜਾਊਗਾ